ਹਮੇਸ਼ਾ ਲਈ ਇਹ ਬੱਚਿਆਂ ਦਾ ਧਿਆਨ ਅਸੀਂ ਰੱਖਣਾ ਹਮੇਸ਼ਾ ਤੇਰੇ ਪਿੱਛੇ ਇੱਕ ਜਾਨ ਕੁਰਬਾਨ ਕਰ ਗਿਆ ਮੇਰਾ ਸ਼ਕੀਰ ਅੱਲਾਹ ਤੈਨੂੰ ਤੰਦਰੁਸਤੀ ਦੇਵੇ ਮੈਂ ਤੁਹਾਡੇ ਵਾਸਤੇ ਦੁਆਵਾਂ ਮੰਗਾ ਅਸੀਂ ਉਹਨੂੰ ਹੀਰੋ ਸਮਝਦੇ ਉਹਦੇ ਲਈ ਇਨਸ਼ਾਅੱਲਾ ਅਸੀਂ ਜਿਸ ਵੇਲੇ ਵੀ ਅੱਲਾ ਨੇ ਮੌਕਾ ਦਿੱਤਾ ਨਾ ਉਹਦੇ ਲਈ ਅਸੀਂ ਬੜਾ ਅਵਾਰਡ ਵੀ ਅਨਾਊਂਸ ਕਰਾਂਗੇ ਮੈਂ ਇਹ ਵੀ ਹਮੇਸ਼ਾ ਲਈ ਇਹ ਬੱਚਿਆਂ ਦਾ ਧਿਆਨ ਅਸੀਂ ਰੱਖਾਂਗੇ ਹਮੇਸ਼ਾ ਲਈ ਮੈਂ ਇਮਰਾਨ ਖਾਨ ਵਾਸਤੇ ਆਪਣੇ ਖਾਨਦਾਨ ਦੇ ਸਾਰੇ ਬੱਚੇ ਕਰਵਾ ਵਾਪਸ ਆਇਆ ਰਾਤ ਨੂੰ ਲੇਟ ਹੋਇਆ ਜਦ ਮੇਰਾ ਆਪਰੇਸ਼ਨ ਹੋਇਆ ਉਹਦੇ ਬਾਅਦ ਸਾਰੇ ਪਾਕਿਸਤਾਨ ਦੇ ਅੰਦਰ ਲੋਕਾਂ ਨੂੰ ਬੜਾ ਬੜੀ ਤਕਲੀਫ ਹੋਈ ਦਾਊਦ ਹੈ ਜੀ ਦਾਊਦ ਹੈ ਅਮਨ ਦਾਊਦ